ਸੁਆਗਤ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਜਿਹੜੀ ਈਮੇਲ ਆਈ ਹੈ ਉਹ ਚੰਡੀਗੜ੍ਹ ਤੋਂ ਆਈ ਹੈ ਪੈਨ ਸੁਖਮਨ ਕੋਰਜ ਦੀ ਇਹਨਾਂ ਦਾ ਵਿਸ਼ਾ ਹੈ ਸਤਲੁਜ ਜਮਨਾ ਲਿੰਕ ਇਸ਼ੂ ਰੀ ਇਗਨਾਈਟਡ ਇਹ ਲਿਖਦੇ ਹਨ ਮੋਦੀ ਸਰਕਾਰ ਨੇ ਇਸ ਕੇਸ ਸੰਬੰਧੀ ਸੁਪਰੀਮ ਕੋਰਟ ਨੂੰ 8 ਮਾਰਚ ਨੂੰ ਸੁਣਵਾਈ ਕਰਨ ਲਈ ਕਿਹਾ ਹੈ ਇਸ ਵਿੱਚ ਅਮਰਿੰਦਰ ਸਿੰਘ ਵੱਲੋਂ 2004 ਵਿੱਚ ਪਾਸ ਕੀਤੇ ਗਏ ਪੁਰਾਣੇ ਸਮਝੌਤਿਆਂ ਨੂੰ ਰੱਦ ਕਰਦੇ ਐਕਟ ਨੂੰ ਰੈਫਰ ਕੀਤਾ ਜਾਵੇ ਪਹਿਲਾ ਅਰਣ ਜੇਤਲੀ ਵੱਲੋਂ ਪੇਸ਼ ਕੀਤੇ ਗਏ ਨੈਸ਼ਨਲ ਬਜਟ ਨੂੰ ਕਿਸਾਨ ਹਤਾਸ਼ੀ ਦੱਸਿਆ ਜਾ ਰਿਹਾ ਹੈ ਹਰ ਸਿਮਰਤ ਕੋਰ ਬਾਦਲ ਦਾ ਕਹਿਣਾ ਹੈ ਕਿ ਇਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਪੰਜਾਬ ਵਿੱਚ ਕੋਈ ਫੂਡ ਪ੍ਰੋਸੈਸਿੰਗ ਯੂਨਿਟ ਲਗਾਏ ਜਾਣਗੇ ਪਰ ਅਗਲੇ ਹੀ ਦਿਨ ਇਹ ਐਸਵਾਈਐਲ ਦਾ ਮੁੱਦਾ ਸਾਹਮਣੇ ਆ ਜਾਂਦਾ ਹੈ ਮੈਂ ਸੋਚ ਰਹੀ ਹਾਂ ਕਿ ਇਹ ਬਜਟ ਪੰਜਾਬ ਨੂੰ ਛੱਡ ਕੇ ਸਾਰੇ ਭਾਰਤ ਲਈ ਸੀ ਕਿਉਂਕਿ ਹੁਣ ਇਹ ਪੰਜਾਬ ਦਾ ਬਚਿਆ ਪਾਣੀ ਖੋਣਾ ਚਾਹੁੰਦੇ ਹਨ ਦੂਸਰਾ ਕੀ ਹਰਿਆਣਾ ਚ ਜਾਟਾਂ ਦੀ ਹਿੰਸਾ ਤੋਂ ਬਾਅਦ ਉਹਨਾਂ ਨੂੰ ਰਾਖਵੇਂ ਕਰਨ ਅਤੇ ਪੰਜਾਬ ਦੇ ਪਾਣੀਆਂ ਨਾਲ ਨਿਵਾਜਿਆ ਜਾ ਰਿਹਾ ਹੈ ਪੰਜਾਬ ਭਾਜਪਾ ਦੇ ਤਰਨ ਜੁਗ ਨੂੰ ਹਰਿਆਣਾ ਦੇ ਪਾਣੀ ਤੇ ਹੱਕ ਦੀ ਜਿਆਦਾ ਹੀ ਚਿੰਤਾ ਜਾਪਦੀ ਹੈ ਤੀਸਰਾ ਬੀਜੇਪੀ ਆਰਐਸਐਸ ਮਾਨਸੂਨ ਦੀ ਨਹਿਰ ਵਿੱਚੋਂ ਜਮਨਾ ਨਗਰ ਵਿਖੇ ਸਰਸਵਤੀ ਨਦੀ ਮੋੜ ਸੁਰਜੀਤ ਕਰਨਾ ਚਾਹੁੰਦੀ ਹੈ ਹਰਿਆਣਾ ਦੇ ਮਾਲਵਾਲੀ ਪਿੰਡ ਵਿੱਚ ਸਰਸਵਤੀ ਨਦੀ ਨੂੰ ਲੈ ਕੇ ਬਹੁਤ ਚੀਕਚਾੜ ਆ ਪਾਇਆ ਜਾ ਰਿਹਾ ਹੈ ਮਈ 2015 ਤੋਂ ਭਾਜਪਾ ਸਰਕਾਰ ਧਰਤੀ ਹੇਠਲਾ ਪਾਣੀ ਕੱਢ ਕੇ ਉਸ ਨਾਲ ਸਰਸਵਤੀ ਨਦੀ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕੈਨੂ ਸਰਸਵਤੀ ਉਦਗਨ ਸਥਲ ਜਿੱਥੋਂ ਸਰਸਵਤੀ ਨਦੀ ਸ਼ੁਰੂ ਹੁੰਦੀ ਹੈ ਉੱਥੇ ਛੋਟਾ ਡੈਮ ਬਣਾਇਆ ਜਾ ਰਿਹਾ ਹੈ ਇੱਥੋਂ ਪਾਣੀ ਪਹਾੜੀ ਤੋਂ ਹੇਠਾਂ ਆਉਂਦਾ ਹੈ 2003 ਚ ਭਾਜਪਾ ਦੀ ਸਰਕਾਰ ਸਮੇਂ ਇਸ ਲਈ ਜੀਓ ਟੈਕਨੀਕਲ ਰਿਸਰਚ ਸ਼ੁਰੂ ਕੀਤੀ ਗਈ ਸੀ ਅਤੇ ਕਾਂਗਰਸ ਦੇ ਸਮੇਂ ਇਹ ਪ੍ਰੋਜੈਕਟ ਬੰਦ ਰਿਹਾ ਅਤੇ ਹੁਣ ਇਹ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ ਨਦੀ ਦੇ ਮੂਲ ਅਤੇ ਉਸ ਦੇ ਵੰਸਬੰਦੀ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਜੀਓਲੋਜਿਸ ਦੀਆਂ ਡਿਬੇਟਸ ਸ਼ੁਰੂ ਹੋ ਗਈਆਂ ਹਨ ਇਹਨਾਂ ਨੂੰ ਨਦੀ ਪੱਟਣ ਲਈ ਧਰਤੀ ਲੈਣ ਵਿੱਚ ਦਿੱਕਤ ਦੇ ਚਲਦਿਆਂ ਇਹਨਾਂ ਨੇ ਧਰਮ ਦੀ ਗੱਲ ਇਸ ਨਾਲ ਜੋੜ ਦਿੱਤੀ ਇਹ ਮੇਰਾ ਮੰਨਣਾ ਹੈ ਹਿਸਟੋਰੀయన్స్ ਆਰਕੀਓਲੋਜਿਸ ਜੀਓਲੋਜਿਸ ਦੀਆਂ ਲਾਈਨ ਲਾਈਨ ਇਹਨਾਂ ਖੜੀਆਂ ਕਰ ਦਿੱਤੀਆਂ ਹਨ ਇਸ ਲਈ ਨਦੀ ਦੀ ਹੋਂਦ ਸਿੱਧ ਕਰਨ ਲਈ ਲੋਕ ਇਸ ਵਿਮਿਥਾਸਕ ਨਦੀ ਨੂੰ ਸੁਰਜੀਤ ਕਰਨ ਵਿੱਚ ਮਾਣ ਮਹਿਸੂਸ ਕਰ ਰਹੇ ਹਨ ਪ੍ਰਪੋਗੰਡੇ ਲਈ ਇਹਨਾਂ ਨੇ ਸਰਸਵਤੀ ਤੇ ਡਾਕੂਮੈਂਟਰੀ ਬਣਾਈ ਹੈ ਜੋ ਮੈਂ ਥੋੜਾ ਬਹੁਤ ਸਮਝ ਸਕੀ ਹਾਂ ਉਸ ਮੁਤਾਬਕ ਇਹਨਾਂ ਦੀ ਵਿਉਂਤਬੰਦੀ ਹੈ ਕਿ ਪੰਜਾਬ ਦੇ ਸਾਰੇ ਦਰਿਆ ਜੜੇ ਇੰਡਸ ਦਰਿਆ ਵਿੱਚ ਜਾ ਕੇ ਮਿਲਦੇ ਹਨ ਇਹਨਾਂ ਨੂੰ ਹਰਿਆਣਾ ਦੀਆਂ ਨਦੀਆਂ ਨਾਲ ਜੋੜਿਆ ਜਾਵੇ ਜਿਵੇਂ ਕੱਗਰ ਚੋਟੰਗ ਦ੍ਰਿਸ਼ਟਵਤੀ ਇਹ ਸਭ ਜਾ ਕੇ ਗੰਗਾ 'ਚ ਮਿਲਦੀਆਂ ਹਨ ਇਹ ਇੰਡਸ ਵੈਲੀ ਸਿਵਲਾਈਜੇਸ਼ਨ ਨੂੰ ਇੰਡਸ ਸਰਸਵਤੀ ਸਿਵਲਾਈਜੇਸ਼ਨ ਨਾਮ ਦੇਣਾ ਚਾਹੁੰਦੇ ਹਨ ਇਹ ਸਭ ਸਾਫ ਦਿਖ ਰਿਹਾ ਹੈ ਪਰ ਫਿਰ ਵੀ ਇਸ ਨੂੰ ਪੂਰਾ ਸਾਇੰਟਿਫਿਕ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਭਾਰਤੀ ਵਾਟਰ ਰਿਸਰਚ ਮਨਿਸਟਰ 우ਮਾ ਭਾਰਤੀ ਭਾਰਤ ਦੀਆਂ ਸਾਰੀਆਂ ਨਦੀਆਂ ਨੂੰ ਜੋੜਨਾ ਚਾਹੁੰਦੀ ਹੈ ਪਰ ਸਾਇੰਸਦਾਨਾਂ ਨੇ ਇਹ ਕਹਿ ਕੇ ਇਸ ਦਾ ਵਿਰੋਧ ਕੀਤਾ ਹੈ ਕਿ ਇਸ ਨਾਲ ਨੇਚਰਲ এনਵਾਇਰਨਮੈਂਟ ਨੂੰ ਬਹੁਤ ਨੁਕਸਾਨ ਹੋਵੇਗਾ ਪੰਜਾਬ ਦਾ ਪਛੋਕੜ ਕੇਂਦਰ ਸਰਕਾਰ ਦਾ ਪੰਜਾਬ ਦੇ ਹੈਡ ਵਰਕਸ ਤੇ ਕੰਟਰੋਲ ਹੈ ਪਰ ਬਾਕੀ ਸਟੇਟਾਂ ਦਾ ਆਪਨੇ ਪਾਣੀਆਂ ਤੇ ਪੂਰਾ ਹੱਕ ਹੈ ਦੋ ਸੂਬਿਆਂ ਵਿਚਾਲੇ ਪਾਣੀਆਂ ਦੇ ਝਗੜੇ ਨੂੰ ਲੈ ਕੇ ਇੰਟਰ ਸਟੇਟ ਰਿਵਰਸ ਬਾਰੇ ਬਣਿਆ ਟ੍ਰਿਬਿਊਨਲ ਹੀ ਉਹਨਾਂ ਦੇ ਮਸਲੇ ਹੱਲ ਕਰ ਸਕਦਾ ਹੈ ਪਰ ਪੰਜਾਬ ਦੇ ਦਰਿਆ Rajasthan Haryana ਨੂੰ ਨਹੀਂ ਜਾਂਦੇ ਫਿਰ ਵੀ ਪੰਜਾਬ ਕੋਲ ਉਹਨਾਂ ਦਾ ਕੋਈ ਕੰਟਰੋਲ ਨਹੀਂ ਹੈ ਪਾਕਿਸਤਾਨ ਵਿੱਚ ਵੀ ਕੋਈ ਪਾਣੀ ਨਹੀਂ ਜਾਂਦਾ ਸਿਰਫ ਬਾਦੂ ਪਾਣੀ ਹੀ ਜਾਂਦਾ ਹੈ ਜਿਹੜਾ ਪੀਣ ਜਾਂ ਖੇਤੀ ਲਈ ਨਹੀਂ ਵਰਤਿਆ ਜਾ ਸਕਦਾ ਤੇ ਹੜਾਂ ਦੇ ਸਮੇਂ ਪਾਕਿਸਤਾਨ ਵੱਲ ਵਾਧੂ ਪਾਣੀ ਛੱਡ ਦਿੱਤਾ ਜਾਂਦਾ ਹੈ ਪੁਰਾਣੀਆਂ ਰਿਪੋਰਟਾਂ ਮੁਤਾਬਕ ਪੰਜਾਬ ਦੇ ਪਾਣੀਆਂ ਦਾ 77% ਹਿੱਸਾ ਹਰਿਆਣਾ ਅਤੇ ਰਾਜਸਥਾਨ ਨੂੰ ਜਾਂਦਾ ਹੈ ਪੰਜਾਬ ਦੇ ਪੁਰਾਣੇ ਲੀਡਰਾਂ ਦਰਬਾਰਾ ਸਿੰਘ ਗਿਆਨੀ ਜਲ ਸਿੰਘ ਪ੍ਰਤਾਪ ਸਿੰਘ ਕੈਰੋ ਨੇ ਪਾਣੀਆਂ ਦੀ ਲੁੱਟ ਵਿੱਚ ਪੰਜਾਬ ਨਾਲ ਧੋਖਾ ਕੀਤਾ ਚਲਾਕੀ ਨਾਲ ਬਣਾਈਆਂ ਧਰਾਵਾਂ ਅਤੇ ਕੁਝ ਬਿਨਾਂ ਲਿਖਾ ਪੜੀ ਲਾਗੂ ਕੀਤੀਆਂ ਧਰਾਵਾਂ ਨੇ ਪੰਜਾਬ ਦਾ ਪਾਣੀ ਲੁੱਟਿਆ ਹੈ ਕੱਲੂਗਾਰੇ ਤੋਂ ਬਾਅਦ ਰਜੀਵ ਲੰਗੋਵਾਲ ਸੰਧੀ ਨੇ ਐਸਵਾਈਐਲ ਨੈਰ ਨੂੰ ਹਰੀ ਚੰਡੀ ਦਿੱਤੀ ਅੱਜ ਦੀ ਸਥਿਤੀ 2015 ਵਿੱਚ ਪੰਜਾਬ ਦੇ 459 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਇਸ ਹਿਸਾਬ ਨਾਲ ਰੋਜ਼ ਦਾ ਇੱਕ ਤੋਂ ਜ਼ਿਆਦਾ ਕਿਸਾਨ ਖੁਦਕੁਸ਼ੀ ਕਰਦਾ ਹੈ ਪੰਜਾਬ ਵਿੱਚ ਖੇਤੀਬਾੜੀ ਮਾਰਾ ਨੇ ਇਸ ਗੱਲ ਦੀ ਵਾਰਨਿੰਗ ਕਈ ਵਾਰ ਦਿੱਤੀ ਹੈ ਕਿ ਇਵੇਂ ਹੀ ਖਾਦਾਂ ਦੀ ਵਰਤੂ ਹੁੰਦੀ ਰਹੀ ਅਤੇ ਫਸਲਾਂ ਦੀ ਬਿਜਾਈ ਹੁੰਦੀ ਰਹੀ ਤਾਂ ਪੰਜਾਬ ਨੇ ਰੇਗਿਸਤਾਨ ਬਣ ਜਾਣਾ ਹੈ ਹੁਣ ਇਹ ਖਾਦਾਂ ਵਿੱਚ ਜਾਲੀ ਆ ਰਹੀਆਂ ਹਨ ਪੰਜਾਬ ਕੋਲ ਹੋਰ ਤਾਂ ਮਿਰਰਲਸ ਹੈ ਨਹੀਂ ਇਕੱਲਾ ਪਾਣੀ ਹੀ ਇੱਕ ਸਰੋਤ ਹੈ ਹਾਈਡਲ ਪਾਵਰ ਦੀ ਮਦਦ ਨਾਲ ਜੜੀ ਸਰਪਲਸ ਬਿਜਲੀ ਆਸਾਨੀ ਨਾਲ ਹਾਸਲ ਕੀਤੀ ਜਾ ਸਕਦੀ ਸੀ ਉਸ ਦਾ ਕਿਤੇ ਨਾਮ ਔਰ ਨਿਸ਼ਾਨ ਹੀ ਨਹੀਂ ਹੈ ਪੰਜਾਬ ਵਿੱਚ ਬਿਜਲੀ ਮਹਿੰਗੀ ਹੋ ਰਹੀ ਹੈ ਪਾਣੀ ਹੀ ਭੁਖਿਆ ਮੈਂ ਸਾਰੇ ਪੰਜਾਬੀਆਂ ਨੂੰ ਇਸ ਪਾਣੀਆਂ ਦੇ ਮਸਲੇ ਤੇ ਲægੇ ਹਰ ਐਕਸ਼ਨ ਤੇ ਨਜ਼ਰ ਰੱਖਣ ਦੀ ਅਪੀਲ ਕਰਦੀ ਹਾਂ ਧੰਨਵਾਦ ਜੀ ਡਾਕਟਰ ਸਾਹਿਬ ਅਪਨ ਜੀ ਸੁਖਮਨ कौर ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਬੜੇ ਇਤਿਹਾਸਕ ਔਰ ਸਾਇੰਟਿਫਿਕ ਔਰ ਜਿਹੜਾ ਭਵਿੱਖ ਦਾ ਚੈਲੰਜ ਹੈ ਉਹਨਾਂ ਤਿੰਨਾਂ ਹੀ ਨੁਕਤਿਆਂ ਨੂੰ ਜਿੰਨੀ ਖੂਬਸੂਰਤੀ ਨਾਲ ਇਸ ਈਮੇਲ ਦੇ ਵਿੱਚ ਬੰਦ ਕੀਤਾ ਇਹਨੂੰ ਕਹਿੰਦੇ ਨੇ ਕਿ ਇਟ ਸੀ ਇਸ ਅ ਬੁੱਕ ਜੀ ਇਹ ਆਪਣੇ ਆਪ ਚ ਕਿਤਾਬ ਹੈ ਔਰ ਅਸੀਂ ਆਦੇ ਸ਼ੁਕਰਗੁਜ਼ਾਰ ਹਾਂ ਸਾਨੂੰ ਲਗਾਤਾਰ ਤਾਂ ਨਰ ਹੁਣ ਲਿਖ ਰਹੇ ਨੇ ਇਸ ਲਿਖਤ ਤੋਂ ਬਾਅਦ ਵੀ ਐਸਵਾਈਐਲ ਕਨ ਆਲ ਦੇ ਉੱਤੇ ਉਹਨਾਂ ਦੀ ਇੱਕ ਹੋਰ ਲਿਖਤ ਆਈ ਹੈ ਜੀ ਜਿਹੜੀ ਅਸੀਂ ਆਉਣ ਵਾਲੇ ਦਿਨਾਂ ਚ ਸਾਂਝੀ ਕਰਾਂਗੇ ਸੋ ਉਹਨਾਂ ਨੇ ਕਿਉਂਕਿ ਸੁਪਰੀਮ ਕੋਰਟ ਨੇ 8 ਮਾਰਚ ਦਾ ਦਿਨ ਜਿਹੜਾ ਹੁਣ ਨਿਯਤ ਕੀਤਾ ਹੈ ਜਿਹੜੀ ਹੀਅਰਿੰਗ ਸੁਪਰੀਮ ਕੋਰਟ ਦੇ ਵਿੱਚ 2004 ਦੇ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਦੀ ਸੰਵਿਧਾਨਕਤਾ ਜਾਂ ਵਿਧਾਨਕਤਾ ਨੂੰ ਲੈ ਕੇ ਹੈ ਔਰ ਉਹ ਸੈਂਟਰ ਦੇ ਆਲਰੇਡੀ ਜਿਹੜਾ ਉਹਨਾਂ ਦਾ ਸੌਲਸੀਟਰ ਜਨਰਲ ਹੈ ਉਹਨੇ ਹਰਿਆਣੇ ਦੀ ਸਪੋਰਟ ਕੀਤੀ ਹੈ ਉਹਦੇ ਹਵਾਲੇ ਨਾਲ ਕਿਹਾ ਔਰ ਉਹਦੇ ਚ ਉਹਨਾਂ ਨੇ ਬਿਲਡ ਕੀਤਾ ਕੇਸ ਉਹਨਾਂ ਨੇ ਕਿਹਾ ਜੀ ਕਿ ਜਦੋਂ ਨੈਸ਼ਨਲ ਬਜਟ ਅਰ ਉਹਨ ਜੇਤਲੀ ਨੇ ਪੇਸ਼ ਕੀਤਾ ਉਹਨੂੰ ਕਿਹਾ ਗਿਆ ਜੀ ਇਹ ਫਾਰਮਰ ਫ੍ਰੈਂਡਲੀ ਹੈ ਔਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਵੀ ਇਹ ਕਿਸਾਨਾਂ ਦੀ ਬਹੁਤ ਮਦਦ ਕਰੇਗਾ ਔਰ ਅਸੀਂ ਪੰਜਾਬ ਦੇ ਵਿੱਚ ਫੂਡ ਪ੍ਰੋਸੈਸਿੰਗ ਯੂਨਿਟ ਜਿਹੜੇ ਨੇ ਉਹ ਸੈੱਟ ਕਰਾਂਗੇ ਪਰ ਅਗਲੇ ਦਿਨ ਇਹ ਐਸਓਐਲ ਕਨਾਲ ਦਾ ਇਸ਼ੂ ਆ ਗਿਆ ਹੈ ਤੇ ਇਹ ਜਿਹੜਾ ਜਿਹੜਾ ਫਾਰਮਰ ਫ੍ਰੈਂਡਲੀ ਹੈ ਇਹ ਬਾਕੀ ਭਾਰਤ ਦੇ ਸੂਬਿਆਂ ਲਈ ਹੈ ਪੰਜਾਬ ਲਈ ਨਹੀਂ ਕਿਉਂਕਿ ਹੁਣ ਉਹ ਸਾਡਾ ਬਾਕੀ ਦਾ ਪਾਣੀ ਵੀ ਖੋਣਾ ਚਾਹੁੰਦੇ ਨੇ ਸੋ ਜ਼ਾ ਰਹੇ ਕਿ ਇਸ ਉੱਤੇ ਅਸੀਂ ਚਰਚਾ ਵੀ ਕੀਤੀ ਹੈ ਜੀ ਔਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਜੀ ਹਰਿਆਣੇ ਚ ਇੱਕ ਪਾਸੇ ਤਾਂ जाटਾਂ ਨੂੰ ਰਿਜ਼ਰਵੇਸ਼ਨ ਦੇ ਨਾਲ ਨਵਾਜਿਆ ਜਾ ਰਿਹਾ ਤੇ ਇਹ ਉਹ ਜਿਹੜਾ ਪੰਜਾਬ ਦਾ ਪਾਣੀ ਹੈ ਉਹਨਾਂ ਨੇ ਵਿਅੰਗ ਕੀਤਾ ਹੈ ਕਿ ਇਸ ਹਿੰਸਾ ਦੇ ਇਨਾਮ ਵਜੋਂ ਦਿੱਤਾ ਜਾਏਗਾ ਔਰ ਉਹਨਾਂ ਨੇ ਕਿਹਾ ਵੀ ਪੰਜਾਬ ਦਾ ਭਾਜਪੀ ਦਾ ਮੁਖੀ ਜਿਹੜਾ ਤਰुण ਚੋਗ ਹੈ ਉਹਨੂੰ ਪੰਜਾਬ ਦਾ ਫਿਕਰ ਨਹੀਂ ਹੈ ਉਹ ਹਰਿਆਣਾ ਦੇ ਪਾਣੀਆਂ ਦੇ ਉੱਤੇ ਹੱਕ ਦੀ ਜ਼ਿਆਦਾ ਗੱਲ ਕਰਦਾ ਹੈ ਹੁਣ ਗੱਲ ਉਹਨਾਂ ਨੇ ਸਰਸਵਤੀ ਦੀ ਕੀਤੀ ਜੀ ਇਹ ਇੱਕ ਇਤਿਹਾਸਕ ਦਰਿਆ ਹੈ ਔਰ ਜਦੋਂ ਵੀ ਗੰਗਾ ਜਮਨਾ ਜਿਹੜੇ ਕਿ ਗਰਾਉਂਡ ਰਿਐਲਿਟੀ ਦਰਿਆ ਹਨ ਔਰ ਗੋਦਾਵਰੀ ਵੀ ਔਰ ਇਸ ਨੂੰ ਸਰਸਵਤੀ ਇਹਨਾਂ ਨੇ ਇਹ ਕਹਿ ਕੇ ਕਿ ਵੀ ਇਹ ਸਦੀਆਂ ਪਹਿਲਾਂ ਮਿਲੀਨੀਅਮਸ ਪਹਿਲਾਂ ਜਿਹੜੀ ਐ ਏਸੀ ਔਰ ਇਹਦੇ ਨਾਲ ਇਹ ਪਾਪ ਧੁੱਪਦੇ ਨੇ ਬਹੁਤ ਸਾਰੀਆਂ ਉਹਨਾਂ ਦੀਆਂ ਕਹਾਣੀਆਂ ਐ ਜਿਹੜੀਆਂ ਨਈਓ ਗੰਗਾ ਜਮਨਾ ਸਰਸਵਤੀ ਗੋਦਾਵਰੀ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਅਸੀਂ ਗੁਰੂ ਅਮਰਦਾਸ ਜੀ ਦਾ ਇੱਕ ਸ਼ਬਦ ਵੀ ਐ ਗੰਗਾ ਜਮਨਾ ਸਰਸਵਤੀ ਗੋਦਾਵਰੀ ਤੇ ਕਰੇ ਉਦਮ ਧੂੜ ਸਾਧੂ ਕੀ ਤਾਈ ਕਿ ਲੋਕ ਤਾਂ ਇਹਨਾਂ ਚ ਨਾਉਂਦੇ ਨੇ ਕਿ ਜੀ ਪਾਪ ਧੋਪਣ ਗਏ ਤਾਂ ਇਹ ਦਰਿਆ ਇੰਨੇ ਪਾਪਾਂ ਨਾਲ ਭਰ ਜਾਂਦੇ ਨੇ ਵੀ ਉਹ ਲੱਭਦੇ ਫਿਰਦੇ ਨੇ ਕਿ ਕੋਈ ਸਾਧੂ ਮਿਲੇ ਤੇ ਅਸੀਂ ਆਪਣੇ ਪਾਪ ਜਿਹੜਾ ਹਮਰੀ ਧੂੜ ਸਾਧੂ ਕੀ ਉਹਦੇ ਜਿਹੜੇ ਚਰਨਾਂ ਦੀ ਛੋਹ ਹੈ ਉਹ ਸਾਡੀ ਧੂੜ ਨੂੰ ਜਿਹੜੀ ਐ ਗਵਾ ਸਕਦੀ ਹੈ ਪਰ ਜਦੋਂ 2003 ਦੇ ਵਿੱਚ ਜਿਹੜੀ ਪਹਿਲੀ ਸਰਕਾਰਵਾਜਪਾਈ ਦੀ 1998 ਨੇ ਇਹ ਵਿੱਚ ਬਣੀ ਜੀ ਔਰ 2003 ਚ ਇਹਨਾਂ ਨੇ ਇੱਕ ਫੁੱਲ ਫਲੈਜ ਪ੍ਰੋਜੈਕਟ ਸ਼ੁਰੂ ਕੀਤਾ ਬੀਜੇਪੀ ਸਰਕਾਰ ਨੇ ਕਿ ਜੀ ਸਰਸਵਤੀ ਦਰਿਆ ਦੀ ਹਕੀਕਤ ਜਿਹੜੀ ਐ ਉਹ ਪ੍ਰਗਟ ਕਰੋ ਉਹਦੇ ਲਈ ਉਹਨਾਂ ਨੇ ਹਿਸਟੋਰੀਅਨ ਆਰਕੀਓਲੋਜਿਸ ਜੀਓਲੋਜਿਸ ਲੰਬਾ ਜਿਹੜਾ ਬਜਟ ਉਹਨਾਂ ਨੇ ਦਿੱਤਾ ਹੈ ਪਰ ਮੈਂ ਜਿਹੜਾ ਉਹ ਜਵੇਂ ਇਹਨਾਂ ਨੇ ਲਿਖਿਆ ਉਹਦੇ ਮੁਤਾਬਕ ਹੀ ਡਿਸਕਸ ਕਰਾਂਗੇ ਕਿ ਜਮਨਾਨਗਰ ਦੇ ਨੇੜੇ ਜਿਹੜਾ ਉਹਨਾਂ ਦਾ ਮੌਨਸੂਨ ਸਟ੍ਰੀਮ ਹੈ ਖੋਤੀ ਸਰਸਵਤੀ ਰਿਵਰ ਦਾ ਉਸ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਲਈ ਇਹਨਾਂ ਨੇ ਇੱਕ ਹਾਈਪ ਕ੍ਰੀਏਟ ਕੀਤੀ ਔਰ ਮੁਗਲਾਵਾਲੀ ਵਿਲੇ ਜਿਹੜਾ ਜਮਨਾਨਗਰ ਦਾ ਹੈ ਹਰਿਆਣੇ ਦੇ ਵਿੱਚ ਉਸ ਥਾਂ ਤੋਂ ਔਰ ਅਜੇ 3-4 ਦਿਨ ਪਹਿਲਾਂ ਦੀ ਖਬਰ ਸੀ ਕਿ ਉਸ ਮੁਗਲਾ ਵਾਲੀ ਪਿੰਡ ਦਾ ਨਾਂ ਵੀ ਬਦਲ ਕੇ ਇਹਨਾਂ ਨੇ ਸਰਸਵਤੀ ਪਿੰਡ ਰੱਖਤਾ ਹੈ ਇਹ ਸਾਬਤ ਕਰਨ ਦੇ ਲਈ ਕਿ ਵਾਕਈ ਸਰਸਵਤੀ ਜਿਹੜੀ ਹੈ ਇੱਥੋਂ ਸ਼ੁਰੂ ਹੋਈ ਔਰ ਮਈ 2015 ਤੋਂ ਜਿਹੜੀ ਹੈ ਇਹ ਦੁਬਾਰਾ ਡ੍ਰਿਲਿੰਗ ਵਾਰਾ ਸ਼ੁਰੂ ਹੋਈ ਹੈ ਔਰ ਗਰਾਊਂਡ ਵਾਟਰ ਨੂੰ ਕੱਢ ਕੇ ਉਸ ਦੇ ਉੱਤੇ ਡੈਮ ਬਣਾ ਕੇ ਔਰ ਸਰਸਵਤੀ ਓਰੀਜਨ सरस्वती उद्गम स्थल ਦਾ ਉਸ ਨੂੰ ਨਾਮ ਦਿੱਤਾ ਗਿਆ ਜੀ ਇੱਥੋਂ ਸਰਸਵਤੀ ਪ੍ਰਗਟ ਹੋਈ ਜੀ ਔਰ ਇੱਥੋਂ ਜਿਹੜਾ ਪਾਣੀ ਹੈ ਉਹ ਡਾਊਨ ਦਾ ਹਿਲ ਟ੍ਰਕਲ ਹੁੰਦਾ ਹੈ ਔਰ ਜਿਵੇਂ ਇਹਨਾਂ ਨੇ ਵੀ ਕਿਹਾ ਕਿ 2003 ਦੇ ਵਿੱਚ ਕੀਤਾ ਗਿਆ ਸੀ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਇਸ ਦੇ ਉੱਤੇ ਬੜੀਆਂ ਡਿਬੇਟਸ ਕਰਵਾ ਕੇ ਸਾਬਤ ਕਰਨਾ ਚਾਹਿਆ ਕਿ ਵੀ ਵਾਕਿਆ ਹੀ ਇਹ ਨਦੀ ਕਦੇ ਐਗਜ਼ਿਸਟ ਕਰਦੀ ਸੀ ਹੁਣ ਉਹਨਾਂ ਦੇ ਪੈਂਜੀ ਦਾ ਕਹਿਣਾ ਹੈ ਵੀ ਕਿਉਂਕਿ ਇਹਨਾਂ ਨੂੰ ਜ਼ਮੀਨ ਐਕਵਾਇਰ ਕਰਨ 'ਚ ਸ਼ਾਇਦ ਦਿੱਕਤ ਹੋ ਰਹੀ ਹੈ ਔਰ ਹੁਣ ਇਹਨਾਂ ਨੇ ਜਿਹੜਾ ਧਰਮ ਦਾ ਇਸ਼ੂ ਲੈ ਆਂਦਾ ਔਰ ਇਹੀ ਨਹੀਂ ਜਦੋਂ ਇਹਨਾਂ ਨੇ ਕੁਝ ਥਾਂ ਦੇ ਉੱਤੇ ਖੁਦਾਈ ਕੀਤੀ ਵੀ ਸੋ ਉੱਥੋਂ ਥਲੋਂ ਬੁੱਧ ਦੀਆਂ ਜਿਹੜੀਆਂ ਨੇ ਇਸ ਬੁੱਧ ਕਾਲ ਦੀਆਂ ਚੀਜ਼ਾਂ ਨਿਕਲੀਆਂ ਸੋ ਇਹਨਾਂ ਨੂੰ ਲੱਗਿਆ ਵੀ ਇਹ ਤਾਂ ਬੁੱਧ ਧਰਮ ਨੂੰ ਪ੍ਰੋਮੋਟ ਕਰਨਾ ਹੈ ਸੋ ਉਦੋਂ ਵੀ ਇਹ ਵੀ ਇੱਕ ਰੀਜ਼ਨ ਸੀ ਔਰ ਹੁਣ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਰਾ ਹੀ ਪਾਰਟ ਪ੍ਰੋਪਾਗੈਂਡਾ ਹੈ ਇਸ ਦੇ ਉੱਤੇ ਇੱਕ ਡਾਕੂਮੈਂਟਰੀ ਵੀ ਬਣਾ ਰਹੇ ਨੇ ਔਰ ਇਹਨਾਂ ਦਾ ਇੱਕ ਕਹਿਣਾ ਔਰ ਇਹ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਵੀ ਆਪਣੇ ਟੀਵੀ 84 ਨਿਊਜ਼ ਸ਼ੋ ਚ ਕਹੀ ਹਾਲਾਂ ਮੈਂ ਮੇਰਾ ਇਸ ਬਾਰੇ ਬਹੁਤਾ ਗਿਆਨ ਨਹੀਂ ਹੈ ਮੈਂ ਫਰਜ਼ ਅਨੂੰ ਰਿਸਰਚ ਕਰਾਂਗੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਪਲਾਨ ਹੈ ਇਹਦੇ ਪਿੱਛੇ ਵੀ ਹੋ ਸਕਦੀ ਹੈ ਕਿ ਜਿਹੜੇ ਪੰਜਾਬ ਦੇ ਦਰਿਆ ਨੇ ਜਿਹੜੇ ਕਿ ਹੁਣ ਤੱਕ ਇੰਡਸ ਦਰਿਆ ਦੀਆਂ ਟ੍ਰਿਬਿਊਟਰੀਜ਼ ਨੇ ਉਹਨਾਂ ਨੂੰ ਹਰਿਆਣੇ ਦੀਆਂ ਟ੍ਰਿਬਿਊਟਰੀਜ਼ ਦੇ ਨਾਲ ਜਿਹੜਾ ਉਹ ਸਥਾਪਿਤ ਕਰਨਾ ਇਹਨਾਂ ਦੇ ਵਿੱਚ ਕਗਰ ਦਰਿਆ ਕਗਰ ਛੋਟਾ ਬਰਸਾਤਾਂ ਦੇ ਵਿੱਚ ਹੀ ਚੜਦਾ ਹੈ ਚਟਾਂਗ ਹੈ ਤੇ ਦਸਤਾਵਤੀ ਹੈ ਜਿਹੜੇ ਕਿ ਗੰਗਾ ਦੀਆਂ ਟ੍ਰਿਬਿਊਟਰੀਜ਼ ਨੇ ਹੁਣ ਇਹਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਥਾਂ ਤੇ ਇੰਡਸ ਸਰਸਵਤੀ ਕੰਬਾਈਨ ਕਹਿਣਾ ਚਾਹੁੰਦੇ ਨੇ ਇਹ ਦੱਸਣ ਦੇ ਲਈ ਕਿ ਇਹ ਟ੍ਰਿਬਿਊਟਰੀਜ਼ ਜਿਹੜੀਆਂ ਨੇ ਸਰਸਵਤੀ ਦਰਿਆ ਦੀਆਂ ਸੀ ਬਾਕੀ ਉਹਨਾਂ ਨੇ ਇਹ ਕਿਹਾ ਹੈ ਕਿ ਵੀ ਇਹ ਸਾਇੰਟਿਫਿਕ ਬੇਸ ਪ੍ਰੋਜੈਕਟ ਨੂੰ ਬਣਾ ਰਹੇ ਨੇ ਔਰ ਜਿਹੜੀ 우ਮਾ ਭਾਰਤੀ ਵਾਟਰ ਰਿਸੋਰਸ ਮਿਨਿਸਟਰ ਹੈ ਉਹਦੀ ਨੀਤੀ ਪਹਿਲਾਂ ਹੀ ਇੰਟਰ ਲਿੰਕਿੰਗ ਆਫ ਰਿਵਰਸ ਹੈ ਹੁਣ 7 ਰੂਜ ਜਮਨਾ ਲਿੰਕ ਨੈਰ ਵੀ ਆਈ ਹੈ ਵੀ 7 ਰੂਜ ਨੂੰ ਲਿੰਕ ਕਰੋ ਜਮਨਾ ਨਾਲ ਸਰਸਵਤੀ ਦਾ ਪਾਣੀ ਜਮਨਾ ਜੁਟੋ ਰੇਸ ਕਿਸਮ ਦਾ ਉਹ ਸਾਰੇ ਭਾਰਤ ਕਰਨਾ ਚਾਹੁੰਦੇ ਨੇ ਪਰ ਸਾਇੰਸਦਾਨ ਔਰ ਜਿਹੜੇ এনवायरमेंटਲਿਸਟ ਨੇ ਉਹ ਇਹਦਾ ਵਿਰੋਧ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹਦੇ ਨਾਲ ਜਿਹੜਾ ਨੇਚਰ ਦਾ ਫਲੋਰਾ ਐਂਡ ਫੋਨਾ ਜਿਹੜੀ ਉਸ ਦੀ ਬਨਸਪਤੀ ਔਰ ਜਿਹੜਾ ਬੈਲੈਂਸ ਹੈ ਉਹ ਡਿਸਟਰਬ ਹੋਏਗਾ ਬਾਕੀ ਇਹਨਾਂ ਨੇ ਪੰਜਾਬ ਦੇ ਪਿਛੋਕਰ ਦੀ ਗੱਲ ਕੀਤੀ ਹੈ ਕਿ ਬਈ ਸੈਂਟਰਲ ਗਵਰਨਮੈਂਟ ਪੰਜਾਬ ਦੇ ਹੈਡਵਰਕਸ ਨੂੰ ਕੰਟਰੋਲ ਕਰਦੀ ਹੈ ਜਦੋਂ ਕਿ ਬਾਕੀ ਸਟੇਟਾਂ ਦੇ ਵਿੱਚ ਉਹਨਾਂ ਦੀਆਂ ਸਟੇਟਾਂ ਕੰਟਰੋਲ ਕਰਦੀਆਂ ਨੇ ਜਿਹੜਾ ਇਕੋ ਇੱਕ ਟ੍ਰਿਬਿਊਨਲ ਇੰਟਰ ਸਟੇਟ ਰਿਵਰਸ ਦੇ ਨਾਲ ਉਹ ਦੋ ਸਟੇਟਾਂ ਚ ਬਣਾਇਆ ਹੋਇਆ ਉਹਦਾ ਕੋਈ ਟੁਕ ਨਹੀਂ ਹੈ ਕਿਉਂਕਿ ਪੰਜਾਬ ਦੇ ਦਰਿਆ ਰਾਜਸਥਾਨ ਜਾਂ ਹਰਿਆਣਾ ਚੋਂ ਤਾਂ ਗੁਜ਼ਰਦੇ ਨਹੀਂ ਫਿਰ ਵੀ ਆਪਣੇ ਦਰਿਆਵਾਂ ਤੇ ਇਹਨਾਂ ਦਾ ਕੰਟਰੋਲ ਨਹੀਂ ਹੈ ਔਰ ਜਿਹੜਾ ਪਾਕਿਸਤਾਨ ਨੂੰ ਵੀ ਪਾਣੀ ਨਹੀਂ ਜਾਂਦਾ ਕਿਉਂਕਿ ਇਹਨਾਂ ਨੇ ਡੈਮਾਂ ਦੇ ਨਾਲ ਪਾਖੜਾ ਹੋਏ ਥੀਂ ਹੋਏ ਔਰ ਇੱਕ ਹੋਰ ਹੈ ਡੈਮ ਜਿਹੜਾ ਇੱਕ ਸਤਲੁਜ ਤੇ ਬਣਾਇਆ ਇੱਕ ਬਿਆਸ ਤੇ ਬਣਾਇਆ ਇੱਕ ਰਾਵੀ ਤੇ ਬਣਾਇਆ ਉਹਨਾਂ ਪੌਂਗ ਡੈਮ ਉਸ ਦੇ ਰਾਹੀਂ ਉਹਨਾਂ ਨੇ ਪਾਣੀ ਕੰਟਰੋਲ ਕੀਤਾ ਹੈ ਪਾਕਿਸਤਾਨ ਨੂੰ ਤਾਂ ਜਿਹੜਾ ਉਹ ਹੜ੍ਹਾਂ ਦੇ ਵੇਲੇ ਹੀ ਪਾਣੀ ਜਾਂਦੇ ਹੈ ਔਰ 70% ਪਾਣੀ ਪੰਜਾਬ ਦਾ ਹਰਿਆਣਾ ਤੇ ਰਾਜਸਥਾਨ ਨੂੰ ਜਾਂਦਾ ਔਰ ਇਸੇ ਤਰ੍ਹਾਂ ਇਹਨਾਂ ਨੇ ਕਾਂਗਰਸ ਦੇ ਜਿਹੜੇ ਤਿੰਨ ਚੀਫ ਮਿਨਿਸਟਰ ਪੰਜਾਬ ਦੇ ਰਹੇ ਦਰਬਾਰਾ ਜ਼ੈਲ ਸਿੰਘ ਤੇ ਪ੍ਰਤਾਪ ਸਿੰਘ ਕਹਿ ਰਹਾ ਉਹਨਾਂ ਵੱਲੋਂ ਪੰਜਾਬ ਦੇ ਪਾਣੀਆਂ ਦੀ ਲੁੱਟ ਚ ਗਦਾਰੀ ਦਾ ਦੋਸ਼ ਹੈ ਵੈਸੇ ਬਾਦਲ ਜਿਹੜਾ ਪੰਜ ਵਾਰੀ ਮੁੱਖ ਮੰਤਰੀ ਰਿਹਾ ਉਹ ਇਹਨਾਂ ਦਾ ਵੀ ਪਿਓ ਹੈ ਜੀ ਲੋਕੋ ਨੇ ਤਾਂ 2 ਕਰੋੜ ਰੁਪਈਆ ਲਿਆ ਦੇਵੀ ਲਾਲ ਤੋਂ ਕਿ ਭਈ ਇਹ ਅਸੀਂ ਸਤਲੁਜ ਯਮਨਾ ਲਿੰਕ ਨਹਿਰ ਬਣਾ ਕੇ ਦੇਾਂਗੇ ਔਰ ਉਹਦੇ ਵਿੱਚ ਉਹਨੇ ਗੁੜਗਾਵਾ ਦੇ ਵਿੱਚ ਆਪਣੇ ਮੁੰਡੇ ਦੇ ਲਈ ਕੋਡੀਆਂ ਦੇ ਪਾਸ ਜ਼ਮੀਨ ਲਈ ਜਿੱਥੇ ਅੱਜ ਸੁਖੇ ਅਮਲੀ ਦੇ 5 ਸਟਾਰ ਹੋਟਲ ਉੱਤੇ ਬਣੇ ਹੋਏ ਨੇ ਪਰ ਇਸੇ ਤਰ੍ਹਾਂ ਰਜੀਵ ਲੋਂਗੋ ਵਾਲੇ ਕੋਰਟ ਦੇ ਵਿੱਚ ਵੀ ਇਸ ਨੂੰ ਬਣਾਣਾ ਮੰਨਿਆ ਗਿਆ ਔਰ ਫਿਰ ਇਹਨਾਂ ਨੇ ਫਿਗਰ ਦਿੱਤੀ ਹੈ ਕਿ 449 ਕਿਸਾਨਾਂ ਨੇ ਆਤਮਕਾਤ ਕੀਤਾ ਇਸ ਵਾਰ ਇਹ ਜਿਹੜਾ ਕਿ ਇੱਕ ਆਤਮਕਾਤ ਰੋਜ਼ਾਨਾ ਦਾ ਵਧਦਾ ਔਰ ਇਹ ਇਹਦੇ باوجود ਕਿਸਾਨਾਂ ਦਾ ਜਿਹੜਾ ਜੋ ਚੱਲ ਰਿਹਾ ਹੈ ਇਸ ਹਵਾਲੇ ਨਾਲ ਔਰ ਇਹ بار-बार ਜਿਹੜੇ ਪੰਜਾਬ ਦੇ ਐਕਸਪਰਟ ਨੇ ਐਗਰੀਕਲਚਰ ਦੇ ਉਹਨਾਂ ਦਾ ਕਹਿਣਾ ਕਿ ਭਈ ਪੰਜਾਬ ਇੱਕ ਡੇਜ਼ਰਟ ਬਣੇਗਾ ਔਰ ਇਵਨ ਇੱਕ UN ਦੀ ਰਿਪੋਰਟ ਵੀ ਸੀ ਔਰ ਜੇ ਇਹ ਪ੍ਰੈਜ਼ెంట్ ਕ੍ਰੌਪ ਸਾਈਕਲ ਪੰਜਾਬ ਦੇ ਵਿੱਚ ਔਰ ਫਰਟੀਲਾਈਜ਼ਰ ਜਾਰੀ ਰਹੇ ਔਰ ਘਟਿਆ ਕੁਆਲਿਟੀ ਪਾਣੀ ਵੀ ਜਿਹੜਾ ਹੁਣ ਪੋਲਿਊਟਡ ਹੈ ਔਰ ਇਹਨਾਂ ਦਾ ਕਹਿਣਾ ਹੈ ਕਿ ਪਾਣੀ ਜਿਹੜਾ ਪੰਜਾਬ ਦਾ ਇੱਕੋ ਇੱਕ ਕੁਦਰਤੀ ਦੌਲਤ ਹੈ ਸਾਡੇ ਕੋਲ ਕੋਈ ਮਿਨਰਲ ਨਹੀਂ ਨੇ ਔਰ ਜਿਹੜੀ ਵੱਧੋ ਇਲੈਕਸਿਟੀ ਹਾਈਡਲ ਪਾਵਰ ਚੋਂ ਹੈ ਜਿਹੜੀ ਸਾਡੇ ਲਈ ਜਿਹੜੀ ਹੈ ਡੈਮਸ ਰਾਹੀਂ ਆ ਸਕਦੀ ਸੀ ਉਹਨੂੰ ਉਹਨਾਂ ਨੇ ਜਿਹੜਾ ਉਹਦੀ ਥਾਂ ਤੇ ਥਰਮਲ ਪਲੈਂਟ ਲਿਆਂਦੇ ਨੇ ਉਹ ਐਕਸਪੈਂਸਿਵ ਵੀ ਕੀਤੇ और अखीर च उन्होंने कहा वाटर इज फ्यूचर है उन्होंने कैपिटल शब्द है आई अर्ज पंजाबीज टू केयरफुली पंजाबीज टू केयरफुली नोट एक्शन पार्टी ऑन वाटर इशू कि साड़ी जिंदजान है पानी साडा फ्यूचर है और इस बारे खड़े हो हूं भी उन्होंने कहा भी मैं बहुत डिस्टर्बड है पिछले दिनों की जी दूसरी ईमेल्स भी कह ਕਿਬੀ ਇਨਾ ਕੁਝ ਹੋਣ ਦੇ ਬਾਵਜੂਦ ਇਸ ਮੁੱਦੇ ਤੇ ਕੋਈ ਡਿਬੇਟ ਨਹੀਂ ਹੋ ਰਹੀ ਕੋਈ ਕਿਸੇ ਨੂੰ ਫਿਕਰ ਨਹੀਂ ਹੈ ਜੀ ਔਰ ਅਸੀਂ ਪੈਨਜੀ ਵੱਲੋਂ ਜਿਹੜਾ ਉਹਨਾਂ ਨੇ ਵੀਰਵਾ ਦਿੱਤਾ ਹੈ ਉਹਦੇ ਨਾਲ ਤਾਂ ਸਹਿਮਤ ਹਾਂ ਹੀ ਆ ਪਰ ਇਸ ਭਾਵਨਾ ਦੇ ਵੀ ਕਦਰ ਕਰਦੇ ਹਾਂ ਔਰ ਖਾਸ ਤੌਰ ਤੇ ਜਦੋਂ ਭੈਣਾ ਇਸ ਕਦਰ ਸੋਚਦੀਆਂ ਨੇ ਮੈਨੂੰ ਲੱਗਦਾ ਹੈ ਵੀ ਅਸੀਂ ਪਿੱਛੇ ਨਹੀਂ ਰਵਾਂਗੇ ਜਦੋਂ ਕਿ ਇਸ ਲੈਵਲ ਦੀ ਥਿੰਕਿੰਗ ਵਾਲੀਆਂ ਸਾਡੀਆਂ ਭੈਣਾ ਬੱਚੀਆਂ ਅ ਜਿਹੜੀਆਂ ਨੇ ਉਹ ਪੰਜਾਬ ਬਾਰੇ ਔਰ ਉਸ ਧਰਤੀ ਬਾਰੇ ਫਿਕਰਮੰਦ ਨੇ ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਦਰ ਸਾਹਿਬ ਕਸਨਾ ਨੇ ਬ੍ਰੇਕ ਵੀਅਰਸ ਸੋ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਦਾ